स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहा मैं पिंड मुदकी तहसील नूं तलवंडी भाई पैंदी है ते जिला फिरोजपुर है। मुदकी दोस्तों फरीदकोट तो जे आपां अमृतसर वाले रोड ते जाना होवे तां रोड दे उत्ते ही आ जांदा है। बाकी यह मशहूर पिंड है दोस्तों। मुदकी की लड़ाई भी जिहड़ी जिहड़ी अंग्रेजां दे नाल सिखां दी जिहड़ी होई सीगी उह भी इत्थे नेड़े ही एक यादगार भी उहदी बनी हुई है उस लड़ाई की। सो दोस्तों इस मुदकी दे विच बाई जी होरां दा सेल परचेज का काम है ते अज दी वीडियो च एक बहुत सोहनी झोटी थोनू कट्टी जिहड़ी है उह दिखाउणी है। चंगे दुध दे रिकॉर्ड वाली मझ दी है ते एक पहले सूए झोटी सूंदी है ते एक मझ सूई सवाई है। सो तीन पशुआं दी वीडियो है डिटेल च बाई जी होरां नाल गलबात करांगे, कोशिश करांगे पशु थोनू तोर के भी दोस्तों दिखावांगे। वीडियो नूं एंड तक जरूर देखियो। आओ बाई नाल गलबात करदे। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਨਾਮ ਦੱਸੀ ਮੇਰੇ ਆਪ ਕੁਲਦੀਪ ਆ ਜੀ। ਕੁਲਦੀਪ, ਹਾਂਜੀ। ਕਿੰਨਾ ਕੁ ਚਿਰ ਹੋਇਆ ਵਪਾਰ ਦਾ ਕੰਮ ਕਰਦੇ ਨੂੰ? ਵਪਾਰ ਕਰਦੇ ਨੂੰ ਬਈ 12 13 ਸਾਲ ਹੋ ਗਏ। ਯਾਨੀ ਪੁਰਾਣਾ ਹੀ ਕੰਮ ਆ। ਹਾਂਜੀ ਠੀਕ ਹੈ। ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਆਪਾਂ ਅਸਰ ਝੋਟੀ ਆ ਆਪਣੇ ਕੋਲ। ਹਾਂਜੀ ਬਾਈ। ਇਹਦੀ ਕਿੰਨੀ ਕੁ ਉਮਰ ਹੈ? ਇਹ 16 ਮਹੀਨਿਆਂ ਦੀ ਹੋ ਗਈ ਬਾਈ। 16 ਮਹੀਨਿਆਂ ਦੀ ਉਮਰ ਹੈ। ਹਾਂਜੀ ਠੀਕ ਹੈ। ਤੇ ਹਜੇ ਫਿਰ ਇਹ ਗੱਭਣ ਤਾਂ ਨਹੀਂ ਹੋਈ? ਨਹੀਂ ਹਜੇ ਨਹੀਂ ਬਾਈ ਗੱਭਣ। ਠੀਕ ਹੈ। ਕਿੰਨੇ ਕੁ ਦੁੱਧ ਵਾਲੀ ਸੀਗੀ ਇਹਦੀ ਮਾਂ? ਇਹਦੀ ਮਾਂ 14 ਤੋਂ 15 ਦੁੱਧ ਦੀ ਮਾਲਕਣ ਹੈਗੀ ਆ। ਠੀਕ ਹੈ। ਉਹ ਵੀ ਇਹਦੇ ਵਾਂਗੂ ਕੈਰੈਕਟਰ ਦੀ ਆ, ਮਤਲਬ ਜਿਵੇਂ ਇਹ ਨੀਲੀ ਰਾਵੀ ਚ ਪੈਂਦੀ ਲੱਗਦੀ ਉਸੇ ਤਰ੍ਹਾਂ ਦੀ? ਹਾਂ ਐਵੇਂ ਸੇਮ ਕਾਪੀ ਇਹਦੀ ਹੈ ਵੀਰੇ। ਠੀਕ ਹੈ। ਅੱਖਾਂ ਜਿਹੜੀਆਂ ਇਹਦੀਆਂ ਥੋੜੀਆਂ ਜਿਹੀਆਂ ਘੱਟ ਹੈ, ਅੱਖਾਂ ਦਾ ਨਿਸ਼ਾਨ ਹੈਗੇ ਆ। ਇਹਦੀ ਮਾਂ ਦੇ ਵੀ ਇੰਨੇ ਹੀ ਆ। ਠੀਕ ਹੈ। ਕੀ ਰੇਟ ਕਰਦੇ ਹੋ ਇਹਦਾ? 35000 ਰੁਪਏ। 35000। ਦੋਸਤੋ ਬਹੁਤ ਸੋਹਣੀ ਝੋਟੀ ਹੈ ਇਹ। ਇਹਦਾ ਢਾਂਚਾ ਤੁਸੀਂ ਇੱਥੋਂ ਦੇਖ ਲਓ, ਸਮੀ ਵੀ ਚੰਗੀ ਹੈ ਜਿਹੜੇ ਘਰ ਤੋਂ ਆਈ ਹੈ। ਬਾਕੀ ਥੱਲੇ ਦੀ ਤਾਂ ਬਹੁਤ ਜ਼ਿਆਦਾ ਦੋਸਤੋ ਸੋਹਣੀ ਹੈ ਇਹ। ਕੋਸ਼ਿਸ਼ ਕਰੂੰਗਾ ਫੇਰ ਦਿਖਾਉਣ ਦੀ। ਪੈਰ ਚਾਰੇ ਤੁਸੀਂ ਦੇਖ ਸਕਦੇ ਆ, ਮੂੰਹ ਮੱਥਾ ਦੇਖ ਸਕਦੇ ਆ। ਸਿੰਘ ਬਿਲਕੁਲ ਨਾਲ ਮੋੜਿਆ ਦਾ ਕੋ ਦੋਸਤੋ ਗੋਲ ਕੁੰਡਾ ਸਿੰਘ ਹੈ। ਥਣ ਤੁਹਾਨੂੰ ਮੈਂ ਦਿਖਾਊਂਗਾ, ਬਸ ਕੋਈ ਗੱਲ ਨਹੀਂ। ਫੇਰ ਦੋਸਤੋ ਇਹਦੇ ਬਾਕੀ ਸੋਹਣੇ ਥਣ ਆ ਦੋਸਤੋ। ਜਦੋਂ ਤੁਸੀਂ ਦੇਖੋਗੇ ਤੁਹਾਨੂੰ ਸਾਈਡਾਂ ਤੇ ਜਿਹੜੇ ਰੈਂਕਲ ਮਾਸ ਜਿਹੜਾ ਵਧਿਆ ਹੋਇਆ ਉਹ ਦੱਸੂਗਾ ਵੀ ਇਹ ਚੰਗੇ ਹਵਾਨੇ ਦੀ ਝੋਟੀ ਤਿਆਰ ਹੋਣੀ ਹੈ। ਅੱਖਾਂ ਦੋਨਾਂ ਦੇ ਵਿੱਚ ਦੋਸਤੋ ਚਿੱਟੀ ਧਾਰੀ ਹੈਗੀ ਹੈ, ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ। ਪਰ ਪੂਰੀਆਂ ਜਿਵੇਂ ਨੀਲੀ ਰਾਵੀ ਦੀਆਂ ਹੁੰਦੀਆਂ ਉਸ ਤਰ੍ਹਾਂ ਬੇਸ਼ੱਕ ਹੈ ਨਹੀਂ, ਪਰ ਬੱਚੇ ਚੰਗੇ ਪਾਊਗੀ, ਚੰਗੇ ਸੀਮਨ ਦੇ ਦੋਸਤੋ ਜੇ ਤੁਸੀਂ ਸੀਮਨ ਇਹਦੇ 'ਤੇ ਚੰਗਾ ਯੂਜ ਕਰਦੇ ਆ। ਸਿੰਘ ਦੋਨੇ ਇੱਕੋ ਜੇ, ਬਿਲਕੁਲ ਨਾਲ ਮੁੜਿਆ ਹੋਇਆ ਸਿੰਘ ਹੈ, ਗੋਲ ਕੁੰਡਾ ਸਿੰਘ। ਕੱਦਕਾਠ ਵੀ ਦੋਸਤੋ ਉਮਰ ਦੇ ਹਿਸਾਬ 'ਤੇ ਬਹੁਤ ਆ, ਬਾਕੀ ਸਟਰਕਚਰ ਜਿਹੜਾ ਉਹ ਬਹੁਤ ਸੋਹਣਾ ਤੁਹਾਡੇ ਸਾਹਮਣੇ ਹੈ। ਜਿਹੜੇ ਵੀਰ ਦੇ ਪਸੰਦ ਆਊਗੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ। ਨੀਲੀ ਰਾਵੀ ਨਸਲ ਦੇ ਦੋਸਤੋ ਬੱਚੇ ਲੈਣੇ ਹੋਏ ਤਾਂ ਸ਼ੌਕੀਨ ਵੀ ਸਿਰੇ ਦੇ ਆਉਣਗੇ ਅਤੇ ਢਾਂਚੇ ਵੀ ਸੋਹਣੇ ਦੇ ਇਸ ਕੱਟੀ ਤੋਂ ਅੱਗੇ ਤਿਆਰ ਹੋਣਗੇ। ਇਦੋਂ ਅੱਗੇ ਇੱਕ ਪਹਿਲਣ ਝੋਟੀ ਬਾਈ ਕੋਲ, ਇਹ ਵੀ ਬਹੁਤ ਸੋਹਣੇ ਸਿੰਘਾਂ ਦੀ ਹੈ, ਇਹਦੇ ਬਾਰੇ ਵੀ ਇਹਨਾਂ ਤੋਂ ਡਿਟੇਲ 'ਚ ਪੁੱਛਦੇ ਆ। ਬਾਈ ਜਿਹੜੀ ਇਹ 2 ਨੰਬਰ 'ਤੇ ਪਹਿਲੇ ਸੂਏ ਸੂਣ ਵਾਲੀ ਝੋਟੀ ਹੈ। ਹਾਂਜੀ ਵੀਰ ਜੀ। ਇਹ ਪਹਿਲਾ ਸੂਆ ਹੀ ਸੁਣਦੀ ਹੈ ਨਾ? ਹਾਂ ਪਹਿਲਾ ਸੂਆ ਸੁਣਦੀ ਹੈ ਵੀਰੇ, 2 ਦੰਦ ਆ ਮੂੰਹ। ਠੀਕ ਹੈ। ਤੇ 12 ਤੋਂ 13 ਮਤਲਬ ਇਹਦੀ ਮਾਂ ਥੱਲੇ ਦੁੱਧ ਸੀ। ਠੀਕ ਹੈ। ਕਿੰਨਾ ਕੁ ਚਿਰ ਰਹਿੰਦਾ ਇਹ? ਹਫਤੇ ਤੋਂ 10 ਦਿਨ ਦੇ ਵਿੱਚ ਮਤਲਬ। ਹਫਤੇ ਤੋਂ 10 ਦਿਨ ਵਿੱਚ ਇਹ ਸੁੱਕੂਗੀ। ਠੀਕ ਹੈ। ਇਹਦਾ ਕੀ ਰੇਟ ਕਰਦੇ ਹੋ? ਇਹਦਾ 65000 ਰੁਪਇਆ ਮੁੱਲ ਕਰਦੇ ਹੋ? 65000। ਹਾਂਜੀ ਦੋਸਤੋ, ਪਹਿਲੇ ਸੂਏ ਸੂਣਾ 2 ਦੰਦ, ਸਿੰਘ ਬਿਲਕੁਲ ਗੋਲ ਤੇ ਕੁੰਡਾ ਸਿੰਘ ਆ, ਦੋਨੇ ਸਿੰਘ ਦੇਖ ਲਓ, ਮੱਥਾ ਕਾਲਾ ਬਿਲਕੁਲ, ਪੂਛ ਥੋੜੀ ਜੀ ਜ਼ਰੂਰ ਦੇ ਦੋਸਤੋ ਇਹ ਵਾਈਟ ਵੱਧ ਹੈ, ਪਰ ਜਿਹੜਾ ਹਵਾਨਾ ਇਹ ਬਣਾਉਣਾ ਇਹਨੇ ਸ਼ੁਰੂ ਕੀਤਾ, ਹਫਤਾ ਇਹਨੇ ਲੈ ਜਾਣਾ, ਉਹ ਬਹੁਤ ਚੌੜੇ ਥਣਾਂ ਦਾ। ਖੋਲੀ ਬਾਈ ਤੋਰ ਕੇ ਦੋਸਤੋ ਦਿਖਾਵਾਂਗੇ ਇਹ। ਪਹਿਲੀ ਝੋਟੀ ਤੋਰ ਕੇ ਇਸ ਲਈ ਨਹੀਂ ਦਿਖਾਈ ਕਿਉਂਕਿ ਉਹ ਅਸਰ ਝੋਟੀ ਹੈ, ਥਣਾਂ ਦੀ ਬਹੁਤ ਸੋਹਣੀ ਹੈ। ਬਾਕੀ ਜਿਹਨੇ ਖਰੀਦਣੀ ਹੋਈ ਉਹ ਆਪ ਤਸੱਲੀ ਕਰ ਲਓ। ਇਹਦਾ ਹਵਾਨਾ ਬਹੁਤ ਸੋਹਣਾ ਦੋਸਤੋ, ਤੁਹਾਨੂੰ ਇਹ ਜ਼ਰੂਰ ਮੈਂ ਦਿਖਾਊਂਗਾ। ਹਜੇ 1 ਹਫਤਾ ਇਹਨੇ ਲੈ ਜਾਣਾ, ਥਣ ਦੀ ਬਿੱਥੀ ਬਹੁਤ ਜ਼ਿਆਦਾ ਹੈ ਪਿਛਲਾ ਥਣ, ਜੇ ਤੁਸੀਂ ਇੱਥੋਂ ਦੇਖੋ ਹਵਾਨਾ ਵੀ ਦੋਸਤੋ ਵਿੱਥ ਦੇ ਹਿਸਾਬ 'ਤੇ ਜੇ ਦੇਖੋਗੇ ਬਹੁਤ ਵੱਡਾ ਤਿਆਰ ਕਰ ਜੂਗੀ, ਚੌੜਾ ਹਵਾਨਾ ਕੱਢੂਗੀ। 65000 ਡਿਮਾਂਡ ਹੈ। ਹਾਲਾਂਕਿ ਦੋਸਤੋ ਬੋਡੀ ਵੇਟ ਜਾਂ ਕੱਦਕਾਠ ਵੱਲੋਂ ਛੋਟੀ ਝੋਟੀ ਹੈ, ਪਰ ਸਿੰਘਾਂ ਵੱਲੋਂ ਜਾਂ ਥੱਲੋਂ ਹਵਾਨੇ ਵੱਲੋਂ ਬਹੁਤ ਸੋਹਣੀ ਝੋਟੀ ਹੈ। ਸੋ ਦੋਸਤੋ ਇਹ ਵੀ ਜੇ ਤੁਹਾਡੇ ਪਸੰਦ ਆਉਂਦੀ ਹੈ ਤਾਂ ਇੱਥੇ ਆ ਕੇ ਦੇਖੋ, ਤਸੱਲੀ ਕਰੋ। ਕੱਦਕਾਠ ਦਾ ਅੰਦਾਜ਼ਾ ਤੁਹਾਨੂੰ ਦੋਸਤੋ ਵੀਡੀਓ 'ਚ ਹਰੇਕ 'ਚੋਂ ਦਿੰਦਾ ਹੁੰਦਾ, ਉਹਦੇ ਹਿਸਾਬ 'ਤੇ ਤੁਹਾਨੂੰ ਫਿਰ ਦੱਸ ਦਿੰਦਾ ਵੀ ਇਹ ਵੀ ਝੋਟੀ ਬਾਹਲੀ ਉੱਚੀ ਲੰਬੀ ਸੋਚ ਕੇ ਨਾ ਤੁਸੀਂ ਪਹੁੰਚੋ। ਬਾਕੀ ਰੇਟ ਤੁਹਾਨੂੰ ਦੱਸਦਾ ਹੋਊਗਾ ਕਿਉਂਕਿ ਇੰਨੀ ਸਾਫ਼ ਅਤੇ ਸੋਹਣੀ ਝੋਟੀ 2 ਦੰਦ, ਉਹਦਾ ਰੇਟ ਉੱਚੀ ਲੰਬੀ ਦਾ ਹੋਰ ਹੋਣਾ ਸੀਗਾ। ਪਰ ਦੋਸਤੋ ਛੋਟੀ ਉਮਰ 'ਚ ਹਜੇ ਕਰਦੇ ਨੇ ਕਰਨਾ ਹੈ, ਥਣ ਸੋਹਣੇ ਰੱਖੂਗੀ, ਬਿੱਥੀ 'ਤੇ ਰੱਖੂਗੀ, ਹਵਾਨਾ ਜਿਹੜਾ ਇਹ ਵੱਡਾ ਕੱਢੂਗੀ। ਇਦੋਂ ਅੱਗੇ ਇੱਕ ਤਾਜ਼ੀ ਸੂਈ ਵੀ ਮੱਝ ਆ ਬਾਈ ਕੋਲ, ਉਹਦੇ ਬਾਰੇ ਵੀ ਇਹਨਾਂ ਤੋਂ ਡਿਟੇਲ 'ਚ ਪੁੱਛਦੇ ਆ। ਬਾਈ ਜਿਹੜੀ 3 ਨੰਬਰ 'ਤੇ ਮੱਝ ਆ, ਇਹ ਕਿੰਨਵਾਂ ਸੂਆ ਸੂਈ ਹੈ? ਇਹ 4ਵਾਂ ਸੂਆ ਸੂਈ ਹੈ ਵੀਰੇ, ਉਹਨਾਂ ਦੇ ਦੱਸਣ ਮੁਤਾਬਕ। ਠੀਕ ਹੈ। ਕਿੰਨਾ ਚਿਰ ਹੋ ਗਿਆ ਸੂਈ? ਇਹਨੂੰ ਸੂਈ ਨੂੰ ਅੱਜ ਵੀਰੇ 3 ਦਿਨ ਹੋ ਗਏ। ਦੁੱਧ ਕਿੰਨਾ ਖੂਗਾ ਹੁਣ? 8 ਕਿਲੋ ਹੁਣ ਬੋਲਾ ਇਹਦੇ ਕੋਲ ਤਿਆਰ ਹੈਗਾ। ਦੋਵਾਂ ਟਾਈਮਾਂ ਦਾ ਬੱਚਾ ਕੀ ਦਿੱਤਾ ਨੀ? ਕੱਟੀ ਆ ਜੀ ਇਹਦੇ। ਠੀਕ ਹੈ। ਇਹਦਾ ਕੀ ਰੇਟ ਕਰ ਦਿਓ? ਇਹਦਾ 48000 ਰੁਪਇਆ ਬਾਈ। 48000। ਦੋਸਤੋ ਰੇਟ ਬਾਈ ਦੇ ਬਿਲਕੁਲ ਜਾਇਜ਼ ਹੈ,
चौथा सूआ बाई जी दसदे इन्हां पिछों दस्या गया सिंग हालांकि दोस्तों तुसीं देख ही सकते खुले सिंग है पर रेट जे देखो तो दुध देखो तो उहदे हिसाब से ठीक है तीन दिन की सूई थले 8 किलो बौला है दुध 10 दोस्तों इन आराम दे देना चाहिए हवाना चंगा दिखा है कोरला पी ये भी दोस्तों छोटे कद डाकती है पर हवाले के हिसाब से दोस्तों मज चंगी है बाकी जो दुध है जिन्ना किसी वीर वालों दसया जाता उन्ना चो के देख लिया करो तसली हरेक पक्ष तो तुम आप करनी है मेरा काम दोस्तों वीडियो थोड़ा पशु दिखाने का वो थोड़ा हरेक पक्ष तो दिखा देना यह भी मज दोस्तों वेख सकते हो तुम रेट के हिसाब से बिल्कुल ठीक है दुध भी जरा 8 किलो 3 दिन की सूई थले है 10 किलो आराम ना दोस्तों ये मज दुध दे दूगी जे हूँ 8 किलो इस टाइम है 3 दिन की सूई थले ये कट्टी थोनू जरूर दिखा देना दोस्तों जी 3 नंबर से मज थो तोर के दिखाई है वो कट्टी देख सकते हो तुम नाड़ूगा हजे नाल है दोस्तों थोड़े सामने सोहनी कट्टी इन्हें दिती है सो दोस्तों अज की वीडियो के बाई को 3 पशु से तिने थो दिखाते हैं इन्हों कोई भी पशु थोड़े पसंद आता बाई जी उन्होंने तुम कॉन्टैक्ट कर सकते हैं नंबर इन्हों का स्क्रीन पर चल रहा व्यापार का कम है कोई पशु होर भी कई बार तुम लेना होता भी इन्होंने कॉन्टैक्ट कर सकते हैं तो दोस्तों किसी ने पशु बेचना इस एरिए वह भी तुम बाई जी फोन ला सकते हो सो अज की वीडियो से 4 पशु दिखाने से 3 पशु तिने थोनू दिखाते हैं चौथी जी 3 नंबर से मज तोरी से मगर कट्टी है सो धन्यवाद दोस्तों वीडियो देखने वास्ते ये पशु थोड़े जो पसंद आते आपकी तसली तुम करके बाई जी सौदा कर सकते हो मेहरबानी।